ਬੀਤੇ ਦਿਨ ਹੀ ਰਾਜਪੁਰਾ ਥਾਣਾ ਬਨੂੜ ਅਧੀਨ ਆਉਂਦੀ ਚਿਤਕਾਰਾ ਯੂਨੀਵਰਸਿਟੀ ਦੇ ਸਾਹਮਣੇ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ਤੇ 1,30,00,000 ਰੁਪਏ ਦੀ ਨਕਦੀ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਪਟਿਆਲਾ ਦੇ DIG ਸੁਖਚੈਨ ਸਿੰਘ ਗਿੱਲ ਨੇ ਕਥਿਤ ਲੁਟੇਰਿਆਂ ਦਾ ਸਕੈਚ ਜਾਰੀ ਕੀਤਾ। ਉਹਨਾਂ ਇਸ ਮੌਕੇ ਤੇ ਕੁੱਲ 4 ਜਾਣਿਆਂ ਦੇ ਸਕੈਚ ਜਾਰੀ ਕੀਤੇ ਨੇ। ਜ਼ਿਕਰ ਖਾਸ ਹੈ ਕਿ ਦਿਨ ਦਿਹਾੜੇ ਹੋਈ ਇਸ ਲੁੱਟ ਦੌਰਾਨ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਅਤੇ ਲੁਟੇਰੇ ਕਈ ਰਾਊਂਡ ਫਾਇਰਿੰਗ ਕਰਕੇ ਲੁੱਟ ਨੂੰ ਅੰਜਾਮ ਦੇਣ ਵਿੱਚ ਸਫਲ ਰਹੇ ਸਨ।